ਤੇ ਉਮੀਦਵਾਰ ਵਜੋਂ ਨਾਮਜ਼ਦ ਹੋਇਆ ਹਾਂ। ਪਰਮਾਤਮਾ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਅਨੁਸਾਰ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਪੂਰਨ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਾਂਗਾ ਅਤੇ ਮੈਂ ਭਾਰਤ ਦੀ ਪ੍ਰਭੁਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ। ਵੇਖੋ ਜੀ, ਆਪਾਂ ਅੱਜ ਨੋਮੀਨੇਸ਼ਨ ਫਿਲ ਕਰਨ ਆਏ ਹਾਂ, ਹਜੇ ਹੋਰ ਵੀ ਕੋਈ ਕੈਂਡੀਡੇਟਸ ਅੰਦਰ ਵੇਟ ਕਰ ਰਹੇ ਆ, ਇਸ ਕਰਕੇ ਆਪਾਂ ਹਜੇ ਸਮਾਂ ਲੱਗੂਗਾ ਥੋੜ੍ਹਾ ਜਿਹਾ। ਬਾਕੀ ਚੜ੍ਹਦੀ ਕਲਾ ਆਪਾਂ ਮਾਰਚ ਕੱਢ ਕੇ ਆਏ ਹਾਂ ਰੋਡ 'ਤੇ, ਏਅਰਪੋਰਟ ਰੋਡ ਤੋਂ, ਅਤੇ ਏਅਰਪੋਰਟ ਰੋਡ ਤੋਂ ਮਾਰਚ ਕੱਢ ਕੇ ਆਏ ਹਾਂ। ਬਹੁਤ ਵਧੀਆ ਲੋਕਾਂ ਦਾ ਰਿਸਪੋਂਸ ਆ। ਬਾਕੀ ਨੋਮੀਨੇਸ਼ਨ ਫਿਲ ਕਰਕੇ ਬਾਕੀ ਸਾਰੀਆਂ ਜੋ ਵੀ ਫੋਰਮੈਲਿਟੀਜ਼ ਹੋਣਗੀਆਂ ਉਹ ਤੋਂ ਬਾਅਦ ਅਗਲੀ ਆਪਾਂ ਕਰਾਂਗੇ ਜੋ ਵੀ। ਵੇਖੋ ਜੀ, ਅਸੀਂ ਵਿਦਾਊਟ ਐਨੀ ਪਾਵਰ ਪਹਿਲਾਂ ਤੋਂ ਹੀ ਸੈਂਕੜੇ ਪਿੰਡਾਂ ਦੇ ਵਿੱਚ ਨਸ਼ੇ ਦੀਆਂ ਕਮੇਟੀਆਂ ਬਣਾ ਚੁੱਕੇ ਹਾਂ। ਸਾਨੂੰ ਇੰਡੀਪੈਂਡੈਂਟ ਖਲੋਣ ਦਾ ਫੈਸਲਾ ਕਿਉਂ ਲੈਣਾ ਪਿਆ? ਕਿਉਂਕਿ ਜਿਹੜੇ ਵੱਡੇ ਸਮੱਗਲਰ ਆ, ਛੋਟੇ ਛੋਟੇ ਤਾਂ ਅਸੀਂ ਆਪਣੀਆਂ ਆਮ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੀ ਚੈਰਿਟੀ ਚਲਾਉਂਦੇ ਹਾਂ ਮਾਈ ਭਾਗੋ ਸੰਸਥਾ, ਉਹਦੇ ਥਰੂ ਆਪਾਂ ਕਮੇਟੀਆਂ ਬਣਾਈਆਂ ਡੀ ਸੀ ਸਾਹਿਬ ਨਾਲ ਰਲ ਕੇ, ਆਪਾਂ ਛੋਟੇ ਛੋਟੇ ਸਮੱਗਲਰ 'ਤੇ ਫੜਾ ਤੇ। ਪਰ ਜਿਹੜੇ ਵੱਡੇ ਸਮੱਗਲਰ ਆ ਉਹ ਇਹਨਾਂ ਹੀ ਮੰਤਰੀਆਂ ਦੀਆਂ, ਇਹਨਾਂ ਹੀ MP ਦੀਆਂ ਗੱਡੀਆਂ 'ਚ ਬੈਠੇ ਹੁੰਦੇ ਆ, ਉਹਨਾਂ ਨੂੰ ਇਹਨਾਂ ਦੀਆਂ ਗੱਡੀਆਂ 'ਚੋਂ ਬਾਹਰ ਕੱਢ ਕੇ ਅੰਦਰ ਦੇਵਾਂਗੇ ਜੇ ਅੰਮ੍ਰਿਤਸਰ ਵਾਸੀ ਸਾਡੇ 'ਤੇ ਭਰੋਸਾ ਕਰਦੇ ਆ। ਇਹੋ ਜਿਹਾ ਨਸ਼ਾ ਖਤਮ ਕਰਾਂਗੇ ਕਿ ਆਪਣਾ ਸ਼ਹਿਰ ਪੂਰਾ ਨਸ਼ਾ ਮੁਕਤ ਕਰ ਦਾਂਗੇ। ਜਿਹੜੇ ਪੰਜਾਬੀ ਲੋਕ ਹੈਗੇ ਆ, ਜਿਹੜੇ ਆਪਣੇ ਨੌਜਵਾਨ ਹੈਗੇ ਬਾਹਰ ਜਾ ਰਹੇ ਆ, ਇਹਨਾਂ ਲੋਕਾਂ 'ਤੇ ਕੀ ਕਰਨਾ ਚਾਹੀਦਾ? ਦੇਖੋ ਜੀ, ਆਪਣਾ ਖੇਤੀ ਸੂਬਾ ਆ ਆਪਣਾ, ਜਿੱਦਾਂ ਹੁਣ ਪ੍ਰਾਈਵੇਟ ਸਾਰਾ ਕੁਛ ਕਰੀ ਜਾਂਦੇ ਆ, ਸਰਕਾਰ ਕਿਉਂ ਨਹੀਂ ਕਰ ਸਕਦੀ? ਜੇ ਵੱਡੇ ਵੱਡੇ ਤੁਸੀਂ ਦੇਖੋ ਸਰਕਾਰੀ ਵੇਅਰ ਹਾਊਸ ਵੇਖੋ, ਚੋਣ ਦੀਆਂ ਛੱਤਾਂ ਉਹਨਾਂ ਦੀਆਂ ਟੀਨਾਂ ਚੋ ਰਹੀਆਂ ਆ, ਆਪਾਂ ਬੜੀਆਂ ਜੋਬ ਕ੍ਰੀਏਟ ਕਰ ਸਕਦੇ ਹਾਂ ਐਗਰੀਕਲਚਰ ਦੇ ਰਿਲੇਟਿਡ ਹੀ, ਆਪਾਂ ਕਿਸਾਨਾਂ ਲਈ ਬੜੀਆਂ ਜੋਬ ਕ੍ਰੀਏਟ ਕਰ ਸਕਦੇ ਹਾਂ। ਫਿਰ ਵੇਖੋ ਤੁਸੀਂ ਬਾਹਰਲੀਆਂ ਸਟੇਟਾਂ 'ਚ ਚਲ ਜਾਓ, ਮੈਂ ਮਹਾਰਾਸ਼ਟਰ ਦੇ ਵਿੱਚ ਰਿਹਾ ਹਾਂ, ਉੱਥੇ ਤੁਹਾਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਬਾਹਰਲੀ ਸਟੇਟ ਦੇ ਬੰਦੇ ਨੂੰ, ਸਿਰਫ ਮਰਾਠੀ ਨੂੰ ਹੀ ਹੱਕ ਆ ਉੱਥੇ ਨੌਕਰੀ ਕਰਨ ਦਾ, ਹਿਮਾਚਲ 'ਚ ਚਲ ਜਾਓ ਹਿਮਾਚਲੀ ਨੂੰ ਹੀ ਹੱਕ ਆ ਨੌਕਰੀ ਕਰਨ ਦਾ। ਪਰ ਆਪਣੀ ਸਟੇਟ ਦੇ ਵਿੱਚ ਵੇਖ ਲਓ ਤੁਸੀਂ, ਬਾਹਰ ਦੇ ਲੋਕ ਸਾਡੀਆਂ ਸਰਕਾਰੀ ਨੌਕਰੀਆਂ 'ਤੇ ਕਾਬਜ਼ ਹੋ ਰਹੇ ਆ, ਸਾਡੇ ਬੱਚੇ ਬਾਹਰ ਜਾ ਰਹੇ ਆ, ਪੜ੍ਹ ਲਿਖ ਕੇ ਪ੍ਰਾਈਵੇਟ ਜੋਬਾਂ ਕਰ ਰਹੇ 8-8 ਹਜ਼ਾਰ ਰੁਪਇਆ ਸੈਲਰੀ ਦੇ ਵਿਚਾਰੇ, ਫਿਰ ਕੀ ਕਰਨ? ਫਿਰ ਉਹਨਾਂ ਨੂੰ ਬਾਹਰ ਜਾਣਾ ਪੈਣ ਦਿਆ? ਹੁਣ ਬਾਹਰ ਵੇਖੋ ਰਿਸੈਸ਼ਨ ਆ ਗਿਆ, ਹੁਣ ਆਪਾਂ ਭੱਜਾਂਗੇ ਕਿੱਥੋਂ? ਆਪਾਂ ਨੂੰ ਭੱਜਣ ਪੰਜਾਬ ਛੱਡ ਕੇ ਭੱਜਣ ਦੀ ਲੋੜ ਨਹੀਂ ਆ। ਇਹ ਕਰਪਟ ਲੀਡਰਾਂ ਦੇ ਸਾਹਮਣੇ ਮੈਂ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਕਿ ਇਹ ਕਰਪਟ ਲੀਡਰਾਂ ਦੇ ਸਾਹਮਣੇ ਅੱਖਾਂ ਪਾ ਕੇ ਸਵਾਲ ਪੁੱਛੀਏ, ਅਤੇ ਅਗਾਂਹ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਵੀ ਆਪਾਂ ਵੱਧ ਤੋਂ ਵੱਧ ਇੰਡੀਪੈਂਡੈਂਟ ਕੈਂਡੀਡੇਟ ਖੜੋਈਏ। ਦੇਖੋ ਜੀ, ਪੰਜਾਬ 'ਚ ਪੈਸਾ ਕਿਉਂ ਨਹੀਂ ਹੈਗਾ? ਜਿਹੜਾ ਵੀ ਇੱਕ ਬੱਚਾ ਜਾਂਦਾ 25 ਲੱਖ ਰੁਪਇਆ ਲਾ ਕੇ ਜਾਂਦਾ ਘੱਟੋ ਘੱਟ, ਪੰਜਾਬ 'ਚ ਪੈਸਾ ਹੈਗਾ ਆ। ਜਿਹੜਾ ਬੰਦਾ ਇੱਥੇ 25 ਲੱਖ ਲਾ ਕੇ ਕਾਰੋਬਾਰ ਖੋਲੂਗਾ, ਉਹਨੂੰ ਪ੍ਰਸ਼ਾਸਨ ਤਾਂ ਤੰਗ ਕਰਦਾ। ਅਸੀਂ ਵੀ ਕਾਰੋਬਾਰ ਕਰਕੇ ਵੇਖਿਆ, ਸਾਨੂੰ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾਂਦਾ, ਪ੍ਰੈਸ਼ਰਾਈਜ਼ ਕੀਤਾ ਜਾਂਦਾ। ਗਲਤੀ ਸਾਰੀ ਪ੍ਰਸ਼ਾਸਨ ਦੀ ਆ, ਸਰਕਾਰਾਂ ਦੀ ਆ। ਜੇ ਚੰਗੇ ਤਰੀਕੇ ਨਾਲ ਇੱਥੇ ਕੰਮ ਚੱਲੇ ਤਾਂ ਕਿਹਦਾ ਜੀ ਕਰਦਾ ਬਾਹਰ ਆਪਣਾ ਘਰ ਛੱਡਣ ਨੂੰ? ਕਿਹਦਾ ਜੀ ਕਰਦਾ ਰਾਤ 24 ਘੰਟੇ ਨੌਕਰੀਆਂ ਕਰਨ ਨੂੰ ਬਾਹਰ ਕਿਸੇ ਦੇ ਥੱਲੇ? ਇਸ ਕਰਕੇ ਕਮੀਆਂ ਬਹੁਤ ਨੇ, ਸੋ ਕਰਾਂਗੇ ਦੂਰ। ਜੇ ਅੰਮ੍ਰਿਤਸਰ ਵਾਸੀ ਸਾਡੇ 'ਤੇ ਭਰੋਸਾ ਜਿਤਾਉਣਗੇ ਤਾਂ ਸਾਰੀਆਂ ਕਮੀਆਂ ਦੂਰ ਕਰਾਂਗੇ। ਦੇਖੋ, ਮੈਸੇਜ ਮੇਰਾ ਨੌਜਵਾਨਾਂ ਨੂੰ ਇਹੋ ਹੀ ਆ, ਨਸ਼ੇ ਤੋਂ ਦੂਰ ਰਹੋ। ਅੱਗੇ ਵੀ ਆਪਾਂ ਪਿੰਡਾਂ 'ਚ ਜਾ ਕੇ ਇਹੋ ਬੇਨਤੀ ਕਰ ਰਹੇ ਹਾਂ ਸਾਰੇ ਨੌਜਵਾਨਾਂ ਨੂੰ, ਇੱਕ ਆਪਣਾ ਦੇਸ਼ ਛੱਡ ਕੇ ਮੇਰੇ ਭਰਾ ਨਾ ਜਾਓ, ਆਪਾਂ ਨੂੰ ਸਾਡੀਆਂ ਜੜ੍ਹਾਂ ਨੂੰ ਨਾ ਵੱਢੋ। ਜੇ ਜੜ੍ਹਾਂ ਨਹੀਂ ਰਹਿਣਗੀਆਂ ਤਾਂ ਆਪਾਂ ਕਿੱਥੇ ਜਾ ਕੇ ਕਿੰਨੀ ਗੱਡਾਰੀ ਭਰ ਲਾਂਗੇ ਆਪਾਂ? ਜੜ੍ਹਾਂ 'ਚ ਪਾਣੀ ਪਾਓ, ਆਪਣੀਆਂ 'ਚ ਪੰਜਾਬ ਦੇ ਨਾਲ ਜੁੜੇ ਰਹੋ। ਅਸੀਂ ਸ਼ਹੀਦ ਭਗਤ ਸਿੰਘ ਜੀ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਨੂੰ ਸਮਰਪਿਤ ਲਾਇਬ੍ਰੇਰੀਆਂ ਖੋਲ੍ਹ ਰਹੇ ਹਾਂ ਤਾਂ ਕਿ ਲੋਕ, ਸਾਡੇ ਨੌਜਵਾਨ ਪੜ੍ਹਨ, ਨਸ਼ੇ ਤੋਂ ਦੂਰ ਹੋਣ ਅਤੇ ਆਪਣੇ ਹੱਕਾਂ ਲਈ ਜਾਗਰੂਕ ਹੋ ਸਕਣ ਅਤੇ ਆਵਾਜ਼ ਚੁੱਕਣ, ਇਹ ਕਰਪਟ ਲੀਡਰਾਂ ਦੇ ਖਿਲਾਫ ਆਵਾਜ਼ ਚੁੱਕਣ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੰਮ੍ਰਿਤਸਰ ਦੀ ਪ੍ਰੈਸ ਨੂੰ, ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਇੱਕ ਆਜ਼ਾਦ ਉਮੀਦਵਾਰ ਨੂੰ ਵੀ ਕਵਰ ਕੀਤਾ, ਔਰ ਮੈਂ ਅੱਜ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਆਜ਼ਾਦ ਉਮੀਦਵਾਰ ਦੀ ਸਪੋਰਟ ਕਰਨ ਵਾਸਤੇ, ਉਹਨਾਂ ਦੇ ਕਾਗਜ਼ ਭਰਾਉਣ ਵਾਸਤੇ ਆਈ ਹਾਂ। ਮੇਰੇ ਨਾਲ ਲੋਇਰ ਨੇ ਸਾਡੇ ਸੈਮੀ ਜੀ, ਔਰ ਇਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਹੈ ਸਾਨੂੰ, ਬਿਕੋਜ਼ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਪ੍ਰੋਪਰਲੀ ਗਾਈਡ ਕਰਦੇ ਨੇ। ਆਜ਼ਾਦ ਉਮੀਦਵਾਰ ਵਾਸਤੇ ਬਹੁਤ ਜ਼ਿਆਦਾ ਦਿੱਕਤਾਂ ਨੇ, ਪਰਮਿਸ਼ਨਸ ਕਿੱਥੋਂ ਲੈਣੀਆਂ ਨੇ, ਕਾਗਜ਼ ਕਿੱਥੋਂ ਭਰਨੇ ਨੇ, ਸਾਰਾ ਕੁਛ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਮੈਨੂੰ ਲੱਗਦਾ ਕਿ ਮੈਂ ਇਸ ਇਲੈਕਸ਼ਨ ਤੋਂ ਮੈਂ ਵੀ ਬਹੁਤ ਕੁਛ ਸਿੱਖਿਆ, ਔਰ ਸਭ ਤੋਂ ਵੱਡੀ ਮਨਭਾਗੀ ਵਾਲੀ ਗੱਲ ਹੈ ਕਿ ਆਜ਼ਾਦ ਉਮੀਦਵਾਰ ਦਾ ਜਿਹੜਾ ਲੋਗੋ ਹੁੰਦਾ ਹੈ ਉਹ ਸਭ ਤੋਂ ਬਾਅਦ 'ਚ ਦਿੰਦੇ ਹੈ, ਬਹੁਤ ਘੱਟ ਟਾਈਮ ਰਹਿ ਜਾਂਦਾ ਹੈ ਕਿ ਉਹਨੂੰ ਪ੍ਰਚਾਰ ਕਰਨ ਵਾਸਤੇ। ਪਰ ਚਲੋ, ਤੁਹਾਡੀ ਪ੍ਰੈਸ ਦਾ ਸਾਥ ਹੈ, ਸਾਡੇ ਸੋਸ਼ਲ ਮੀਡੀਆ ਦਾ ਸਾਥ ਹੈ ਕਿ ਅਸੀਂ ਉਹਨਾਂ ਨੂੰ ਪ੍ਰਮੋਟ ਕਰਾਂਗੇ, ਔਰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਗੱਲ ਹੈ ਉਹ ਆਪਾਂ ਸੋਸ਼ਲ ਮੀਡੀਆ 'ਤੇ ਵੀ ਰੱਖਾਂਗੇ, ਔਰ ਹਰ ਕਿਤੇ ਦੱਸਾਂਗੇ ਕਿ ਆਪਾਂ ਨੂੰ ਆਜ਼ਾਦ ਉਮੀਦਵਾਰ ਔਰ ਚੰਗੀ ਸੋਚ ਔਰ ਯੂਥ ਨੂੰ ਸਪੋਰਟ ਕਰਨੀ ਚਾਹੀਦੀ ਹੈ। ਇਸ ਕਰਕੇ ਸਰ ਅਸੀਂ ਮੈਂ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਇੱਕ ਸਮਾਜ ਨੂੰ ਜਾਗ ਲਾਉਣ ਵਾਲੀ ਗੱਲ ਹੈ, ਅਸੀਂ ਇੱਕ ਤੁਸੀਂ ਬੀਜ ਸੁੱਟਿਆ ਪਾਣੀ ਤੁਸੀਂ ਲੋਕਾਂ ਨੇ ਦੇਣਾ, ਔਰ ਨੌਜਵਾਨ ਹੈ ਨਵੀਂ ਸੋਚ ਹੋਊਗੀ। ਸੋ ਮੈਨੂੰ ਲੱਗਦਾ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ। ਵੇਖੋ, ਨੌਜਵਾਨ ਜਿਹੜੇ ਨਸ਼ੇ 'ਚ ਲੱਗੇ ਆ ਉਹਨਾਂ ਵਾਸਤੇ ਅਸੀਂ ਕਮੇਟੀਆਂ ਬਣਾਈਆਂ ਸੀਗੀਆਂ। ਪਿਛਲੇ DC ਸਾਡੇ ਜਿਹੜੇ ਸੀਗੇ ਅਮਿਤ ਤਲਵਾਰ, ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸੀਗਾ, ਹੁਣ ਵੀ ਜਿਹੜੇ DC ਨੇ ਮੌਜੂਦਾ ਉਹ ਵੀ ਸਾਡਾ ਬਹੁਤ ਸਾਥ ਦੇ ਰਹੇ ਨੇ। ਸੋ ਵੀ ਵਿਲ ਵਰਕ ਟੂਗੈਦਰ, ਔਰ ਬਟ ਜਿਹੜਾ ਗਰਾਊਂਡ ਪੱਧਰ ਦੇ ਉੱਤੇ ਅਸੀਂ ਕਮੇਟੀਆਂ ਜ਼ਰੂਰ ਬਣਾਈਆਂ, ਪਰ ਜਿਹੜੇ ਵੱਡੇ ਤਸਕਰ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪੋਲੀਟੀਕਲ ਸਪੋਰਟ ਹੁੰਦੀ ਹੈ, ਇਸ ਕਰਕੇ ਅਸੀਂ ਤੰਗ ਆ ਕੇ ਰੇਸ਼ਮ ਜੀ ਆਜ਼ਾਦ ਖੜ੍ਹੇ ਨੇ। ਸੋ ਲੋਕ ਸਾਥ ਦੇਣਗੇ, ਇੱਕ ਪ੍ਰੈਸ਼ਰ ਗਰੁੱਪ ਦਾ ਕੰਮ ਕਰਨਗੇ, ਜਿੱਥੇ ਲੋਕ ਪੋਲੀਟੀਸ਼ੀਅਨ ਵੱਡੇ ਵੱਡੇ ਫੋਨ ਨਹੀਂ ਚੱਕਦੇ, ਕਿਤੇ ਨਾ ਕਿਤੇ ਚੁੱਕਣਾ ਸ਼ੁਰੂ ਹੋ ਜਾਣਗੇ ਜਦੋਂ ਉਹਨਾਂ ਦੀਆਂ ਜੜ੍ਹਾਂ ਹਿੱਲਣਗੀਆਂ। ਗੱਲ ਸੁਣੋ, ਇਹ ਤਾਂ ਗਵਰਨਮੈਂਟ ਦਾ ਪ੍ਰਸ਼ਾਸਨ, ਇਸੇ ਤਰੀਕੇ ਦੇ ਨਾਲ ਕਚਹਿਰੀਆਂ 'ਚ ਕੇਸ ਚੱਲ ਰਹੇ ਨੇ, ਇਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਦੋਂ ਉਹ ਜਿਹਾ ਸਿਸਟਮ ਆਊਗਾ ਬਾਹਰ ਵਾਲਾ ਕਿ ਕੇਸ ਜਿਹੜੇ ਉਹ ਸੋਰਟ ਆਊਟ ਹੋਣਗੇ। ਬੜੇ ਲੋਕਾਂ ਦੇ ਵਿਚਾਰਿਆਂ ਦੇ ਬੜੇ ਜ਼ਮੀਨਾਂ ਵਿਕ ਜਾਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ। ਮੈਨੂੰ ਲੱਗਦਾ ਕਿ ਇਹ ਸਿਸਟਮ ਜਦੋਂ ਯੂਥ ਲੈ ਕੇ ਆਵਾਂਗੇ, ਅੱਗੇ ਨੌਜਵਾਨੀ ਲੈ ਕੇ ਆਵਾਂਗੇ, ਪੜ੍ਹੇ ਲਿਖੇ ਲੋਕ ਲੈ ਕੇ ਆਵਾਂਗੇ, ਤਦ ਹੀ ਸਭ ਕੁਛ ਚੇਂਜ ਹੋਊਗਾ। ਜੇ ਅਸੀਂ ਅਨਪੜ੍ਹਤਾ ਨੂੰ ਸਪੋਰਟ ਕਰਾਂਗੇ ਮੈਨੂੰ ਨਹੀਂ ਲੱਗਦਾ ਕੋਈ ਚੇਂਜ ਆਊਗਾ। ਮੈਂ ਵੋਟਰਸ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ, ਜਿਵੇਂ ਤੁਸੀਂ ਆਪਣੇ ਸਕੂਲ ਦੇ ਵਿੱਚ ਬੱਚੇ ਨੂੰ ਬਹੁਤ ਸੋਚ ਸਮਝ ਕੇ ਪਾਉਂਦੇ ਹੋ ਨਾ ਕਿ ਕਿਹੜੇ ਸਕੂਲ ਪਾਉਣਾ ਹੈ, ਕਿਹੜੀ ਐਜੂਕੇਸ਼ਨ ਵਧੀਆ ਹੈ, ਜੇ ਉਹ ਬੱਚਾ ਮੈਥ ਦੇ ਵਿੱਚ ਵੀਕ ਹੁੰਦਾ ਉਹਨੂੰ ਮੈਥ ਦਾ ਟਿਊਸ਼ਨ ਟੀਚਰ ਦਿੰਦੇ ਹੋ, ਡਰਾਇੰਗ ਵਾਲਾ ਨਹੀਂ ਦਿੰਦੇ। ਪਰ ਸਾਡੇ ਜਿਹੜੇ ਵੋਟਰਸ ਨੇ ਉਹ ਚੁੱਕ ਕੇ ਪਾਰਟੀ ਦਾ ਜਿਹੜਾ ਮਰਜ਼ੀ ਕੈਂਡੀਡੇਟ ਹੋਵੇ, ਉਹਦੀ ਐਜੂਕੇਸ਼ਨ ਕੀ ਹੋਵੇ, ਉਹਦੀ ਸੋਚ ਕੀ ਹੋਵੇ, ਮੈਟਰ ਨਹੀਂ ਕਰਦਾ, ਉਹਨੇ ਕੰਮ ਕੀਤਾ ਨਹੀਂ ਕੀਤਾ। ਅਸੀਂ ਭੇਡਾਂ ਨੂੰ ਪਿੱਛੇ ਲੱਗ ਕੇ ਉਹਨਾਂ ਨੂੰ ਜਿਤਾ ਦਿੰਦੇ ਹਾਂ। ਸਾਨੂੰ ਸੋਚਣ ਦੀ ਲੋੜ ਹੈ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕਿ ਕੈਂਡੀਡੇਟ ਕੌਣ ਹੈ, ਉਹਦੀ ਸੋਚ ਕੀ ਹੈ, ਉਹ ਸਾਡੀ ਸੋਚ ਦੇ ਨਾਲ ਮੈਚ ਖਾਂਦਾ ਹੈ, ਕੀ ਗੱਲ ਉਹ ਸਾਡੀ ਸਮਾਜ ਦੀ ਗੱਲ ਪਾਰਲੀਮੈਂਟ 'ਚ ਜਾ ਕੇ ਰੱਖੂਗਾ, ਇਟ ਮੈਟਰਸ ਅਲੋਟ। ਸੋ ਸਾਨੂੰ ਸੋਚਣ ਦੀ ਲੋੜ ਹੈ, ਇਹ ਹਾਈ ਟਾਈਮ ਆ, ਪੰਜਾਬ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ। ਮੈਨੂੰ ਦੱਸੋ, ਜੇ ਐਜੂਕੇਟਡ ਲੋਕ ਨਹੀਂ ਆਉਣਗੇ ਤਾਂ ਆਪਣਾ ਸਿਸਟਮ ਕਿਵੇਂ ਚੱਲੂਗਾ? ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀ ਸੋਸਾਇਟੀ 'ਚ ਐਜੂਕੇਸ਼ਨ ਔਰ ਐਜੂਕੇਟਡ ਲੋਕ ਆਉਣ ਲਈ। ਇੱਥੇ 10ਵੀਂ ਪਾਸ ਜਿਹੜੇ ਹੈ ਉਹ ਐਜੂਕੇਸ਼ਨ ਮਿਨਿਸਟਰ ਨੇ, ਤੁਸੀਂ ਦੱਸੋ ਫਿਰ ਕਿਵੇਂ ਸਿਸਟਮ ਚੱਲੂਗਾ? ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ। ਸੋ ਇਟਸ ਇੰਪੋਰਟੈਂਟ ਕਿ ਨਵਾਂ ਯੂਥ ਆਉਣਾ ਜ਼ਰੂਰੀ ਹੈ, ਔਰ ਜਿਹੜਾ ਵੀ ਚੰਗੀ ਸੋਚ ਲੈ ਕੇ ਆਊਗਾ ਮੈਂ ਉਹਦੀ ਸਪੋਰਟ ਕਰੂੰਗਾ। ਇਸੇ ਕਰਕੇ ਇਹੀ ਚੀਜ਼ਾਂ ਤੋਂ ਦੁਖੀ ਆ ਕੇ ਆਜ਼ਾਦ ਇੰਡੀਪੈਂਡੈਂਟ ਖੜ੍ਹਾ ਕੀਤਾ। ਜਿਵੇਂ ਦੇਖੋ, ਲੈਂਦੇ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰ ਜਿਤਾਏ ਨੇ, ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦੇ ਜਿਹੜੇ ਜ਼ਮੀਰ ਹੈ ਉਹ ਜਾਗਣੇ ਚਾਹੀਦੇ ਹੈ।
ਔਰ ਆਜ਼ਾਦਾਂ ਨੂੰ ਆਜ਼ਾਦ ਇੰਡੀਪੈਂਡੈਂਟ ਸੋਚ ਵਾਲੇ ਯੂਥ ਨੂੰ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਉਹ ਇੱਕ ਪ੍ਰੈਸ਼ਰ ਗਰੁੱਪ ਵਾਂਗੂ ਕੰਮ ਕਰਨ ਆਪਣੀ ਸੋਸਾਇਟੀ 'ਚ। ਮੈਂ ਨਹੀਂ ਕਹਿੰਦੀ ਵੀ ਜਿੱਤ ਹਾਰ, ਮੈਨੂੰ ਲੱਗਦਾ ਜਿੱਤ ਉੱਦਣ ਹੀ ਹੋ ਜਾਂਦੀ ਹੈ ਜਦੋਂ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਕਾਗਜ਼ ਭਰ ਦਿੰਦੇ ਹੋ। ਠੀਕ ਹੈ, ਬਹੁਤ ਸਾਰੇ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਅਸੀਂ ਕਾਗਜ਼ ਭਰਾਂਗੇ, ਪੈਸੇ ਦੀ ਲੋੜ ਹੈ ਇਲੈਕਸ਼ਨ ਲੜਨਾ। ਮੈਨੂੰ ਇਹ ਲੱਗਦਾ ਕਿ ਪੈਸੇ ਦੀ ਲੋੜ ਨਹੀਂ ਹੈ, ਇੱਕ ਚੰਗੀ ਸੋਚ ਦੀ ਲੋੜ ਹੈ ਇਲੈਕਸ਼ਨ ਲੜਨ ਵਾਸਤੇ, ਸਮਾਜ ਨੂੰ ਚੰਗੇ ਨੂੰ ਸਿਰਜਣ ਵਾਸਤੇ। ਥੈਂਕ ਯੂ।